ਨਾਸਰੀ ਛੰਤ ਮਹਿਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਵਿਗਸੈ ਸਦਾ ਅਨ ਦਿਨ ਜਾਂ ਆਪ ਸਾਚੇ ਭਾਵੇ ਅਹੰਕਾਰ ਹੋਮੈ ਤਜੈ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਅੰਦਰ ਸਾਚਾ ਨੇ ਪੂਰੇ ਸਤਿਗੁਰੈ ਜੀਉ ਹਾਂ ਤਿਸੇ ਮੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ ਕਦੇ ਨਾ ਵਿਸਾਰੀ ਅਨ ਦਿਨ ਸਮਾਰੀ ਜਾਂ ਨਾਮ ਲਈ ਤਾਂ ਜੀਵਾਂ ਸ਼ਰਮਣੀ ਸੁਣੀ ਤਾਂ ਇਹ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾਂ ਨਦਰ ਕਰੇ ਤਾਂ ਸਤਿਗੁਰ ਮੇਲੇ ਅਨ ਦਿਨ ਵਿਵੇਕ ਬੁੱਧ ਵਿੱਚ ਰਹਿ ਅੰਦਰ ਸਾਚਾ ਨੇਹ ਪੂਰੇ ਸਤਿਗੁਰੈ ਸਤ ਸੰਗਤ ਮਿਲੈ ਵਡ ਭਾਗ ਤਾਂ ਹਰ ਰਸ ਆਵੇ ਜੀਉ ਅਨ ਦਿਨ ਰਹਿ ਲਿਵ ਲਾਏ ਤਾਂ ਸਹਿਜ ਸਮਾਵੇ ਜੀਉ ਸਹਿਜ ਸਮਾਵੇ ਤਾਂ ਹਰ ਮਨ ਭਾਵੈ ਸਦਾ ਅਤੀਤ ਬੈਰਾਗੀ ਹਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ ਹਰਖ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੈ ਸਤ ਸੰਗਤ ਮਿਲੈ ਵਡ ਭਾਗ ਤਾਂ ਹਰ ਰਸ ਆਵੇ ਜੀਉ ਦੂਜੇ ਭਾਏ ਦੁੱਖ ਹੋਏ ਮਨ ਮੁਖ ਜਮ ਜੋਇਆ ਜੀਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਉ ਮਾਇਆ ਦੁੱਖ ਮੋਹਿਆ ਹਉ ਮੈਂ ਰੋਹਿਆ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਭ ਦੇ ਤਿਸ ਚੇਤੈ ਨਾਹੀ ਅੰਤ ਗਿਆ ਪਛਤਾਵੇ ਬਿਨ ਨਾਵੇ ਕੋ ਸਾਥ ਨਾ ਚੱਲੈ ਪੁੱਤਰ ਕਲਤਰ ਮਾਇਆ ਧੋਇਆ
ਦੂਜੇ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਓ ਕਰ ਕਿਰਪਾ ਲੇ ਹੁ ਮਿਲਾਏ ਮਹਿਲ ਹਰ ਪਾਇਆ ਜੀਓ ਸਦਾ ਰਹਿ ਕਰ ਜੋੜ ਪ੍ਰਭ ਮਨ ਪਾਇਆ ਜੀਓ ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ ਅਨ ਦਿਨ ਜਪਤ ਰਹਿ ਦਿਨ ਰਾਤੀ ਸਹਿਜੇ ਨਾਮ ਤੇ ਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੈ ਕਰ ਕਿਰਪਾ ਲੇਹ ਮਿਲਾਏ ਮਹਿਲ ਹਰ ਪਾਵੈ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਇਸ ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ। ਸ਼ਬਦ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਪ੍ਰਾਪਤੀ ਦਾ ਜ਼ਿਕਰ ਦਾਸ ਕੀਤੇ ਬਿਨਾਂ ਰਹਿ ਨਹੀਂ ਸਕਦਾ। ਪਹਿਲਾ ਛੰਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਸੀ। ਦਾਸ ਬਚਪਨ ਤੋਂ ਗੁਰਬਾਣੀ ਦਾ ਪਾਠ ਕਰਦਾ ਆ ਰਿਹਾ, ਕਥਾ ਵੀ ਕਰਦਾ, ਵਿਦਿਆਰਥੀਆਂ ਨੂੰ ਪੜ੍ਹਾਉਂਦਾ, ਪਰ ਵਿਚਾਰ ਕੀਤੇ ਤੋਂ ਬਿਨਾਂ ਬਾਣੀ ਵਿੱਚੋਂ ਉਹ ਰਤਨ, ਉਹ ਜਵਾਹਰ, ਉਹ ਲਾਲ ਪ੍ਰਾਪਤ ਨਹੀਂ ਹੁੰਦਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਛੰਤ ਦੀ ਪਹਿਲੀ ਪੰਗਤੀ ਸੀ ਪਿਰ ਸੰਗ ਦਾਸ ਅੱਜ ਤੀਕਰ ਆਪਣੀ ਭੁੱਲ ਨੂੰ ਸਵਾਰਦਾ ਵੀ ਹੈ। ਪਾਠ ਕਰਦਾ ਆਇਆ ਪਿਰ ਸੰਗ ਮੁੱਠੜੀ, ਅਰਥ ਵੀ ਐਸੇ ਹੀ ਕਰਦੇ ਰਹੇ, ਪਰ ਵਿਚਾਰ ਕਰਨ ਦੇ ਨਾਲ ਸਮਝ ਆਈ ਕਿ ਪਹਿਲਾ ਵਿਸਰਾਮ ਪਿਰ ਸੰਗ 'ਤੇ ਆਉਣਾ। ਜਦੋਂ ਇਹ ਗੱਲ ਸਮਝ ਆਈ ਕਿ ਉਹ ਪਰਮਾਤਮਾ ਅਤੇ ਮੇਰੇ ਤੁਹਾਡੇ ਸਾਰਿਆਂ ਦੇ ਸੰਗ ਨਾਲ ਹੈ, ਪਰ ਸਮਝ ਕਿਉਂ ਨਹੀਂ ਆਇਆ ਮੂਠੜੀ। ਜਦੋਂ ਕੋਈ ਬੰਦਾ ਠੱਗਿਆ ਜਾਂਦਾ ਜਾਂ ਠੱਗ ਬੂਟੀ ਦੇ ਅਸਰ ਥੱਲੇ ਆ ਜਾਂਦਾ, ਫਿਰ ਉਸ ਨੂੰ ਆਪਣੇ ਆਪ ਦੀ ਸੋਝੀ ਨਹੀਂ ਰਹਿੰਦੀ। ਸੱਚਮੁੱਚ ਸਾਰੇ ਜਗਤ ਦੀ ਇਹੋ ਹੀ ਹਾਲਤ ਹੋ ਰਹੀ, ਪਰਮਾਤਮਾ ਸਾਡੇ ਸਾਰਿਆਂ ਦੇ ਅੰਗ ਸੰਗ ਨਾਲ ਹੈ, ਪਰ ਸਾਨੂੰ ਠੱਗ ਬੂਟੀ ਮਾਇਆ ਨੇ ਠੱਗ ਲਏ। ਇਹ ਗੱਲ ਸਮਝ ਆਉਣ ਤੋਂ ਬਾਅਦ ਮਹਿਸੂਸ ਹੋਇਆ ਕਿ ਧੰਨ ਗੁਰੂ ਅਮਰਦਾਸ ਜੀ ਠੀਕ ਕਹਿੰਦੇ ਨੇ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਮੈਂ ਵਿਚਾਰ ਦੀ ਮਹੱਤਤਾ ਦੱਸ ਰਿਹਾ। ਜੇ ਅੱਜ ਵੀ ਸਮੁੱਚਾ ਸਿੱਖ ਜਗਤ ਗੁਰੂ ਨਾਨਕ ਨਾਮ ਲੇਵਾ, ਸਹਿਜ ਧਾਰੀ, ਕੇਸਾ ਧਾਰੀ, ਜਿਤਨੇ ਪ੍ਰੇਮੀ ਗੁਰਬਾਣੀ ਦਾ ਪਾਠ ਕਰਦੇ ਸੁਣਦੇ ਨੇ,
ਉਹ ਵਿਚਾਰ ਕਰਨੀ ਸ਼ੁਰੂ ਕਰ ਦੇਣ ਅਤੇ ਅਨੇਕਾਂ ਸਮੱਸਿਆਵਾਂ ਦਾ ਹੱਲ ਹੋ ਜਾਏ। ਮੈਨੂੰ ਆਪਣੀ ਇਸ ਲੰਬੀ ਉਮਰ ਬੀਤ ਜਾਣ 'ਤੇ ਅਫਸੋਸ ਵੀ ਹੈ ਕਿ ਮੈਂ ਨਹੀਂ ਸਮਝਿਆ, ਪਰ ਅੱਜ ਸਮਝ ਆਉਣ 'ਤੇ ਗੁਰੂ ਦਾ ਸ਼ੁਕਰਾਨਾ ਹੈ ਕਿ ਪਿਰ ਸੰਗ 'ਤੇ ਵਿਸਰਾਮ ਦੇਣਾ। ਪਰਮਾਤਮਾ ਸਭ ਦੇ ਨਾਲ ਹੈ, ਪਰ ਇਹ ਜੀਵ ਇਸਤਰੀ ਮੈਂ ਅਤੇ ਤੁਸੀਂ ਠੱਗੇ ਹੋਏ ਅਤੇ ਠੱਗੇ ਜਾਣ ਕਰਕੇ ਖਬਰ ਨਾ ਪਾਈ। ਅੱਜ ਸਾਨੂੰ ਸਮਝ ਹੀ ਨਹੀਂ ਆਈ ਕਿ ਰੱਬ ਸਾਡੇ ਸਾਰਿਆਂ ਦੇ ਨਾਲ ਹੈ। ਤੋ ਖੈਰ, ਲੰਬੀ ਵਿਚਾਰ ਨਾ ਕਰਦਿਆਂ, ਸਿਰਫ ਪ੍ਰੇਰਨਾ ਕਰ ਰਿਹਾ, ਗੁਰੂ ਦੇ ਪਿਆਰ ਵਾਲਿਓ, ਬਾਣੀ ਨੂੰ ਪਿਆਰ ਨਾਲ ਭਿੱਜ ਕੇ ਪੜ੍ਹੋ ਅਤੇ ਠੀਕ ਵਿਸਰਾਮ ਦੇਣ ਦੀ ਆਦਤ ਪਾਓ। ਹੁਣ ਅਸੀਂ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਪਾਵਨ ਸ਼ਬਦ, ਜੋ ਤਨਾਸਰੀ ਰਾਗ ਵਿੱਚ ਹੈ, ਸ਼ਾਂਤ ਸਿਰਲੇਖ ਥੱਲੇ ਹੈ, ਮਹਿਲਾ ਚੌਥਾ, ਚੌਥੇ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ। ਘਰ ਪਹਿਲਾਂ ਪਹਿਲੇ ਘਰ ਵਿੱਚ ਸੁਰਤਾਲ ਵਿੱਚ ਗਾਉਣ ਦੀ ਸੇਧ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਦਾ ਮਤਲਬ ਹੈ ਉਹ ਪਰਮਾਤਮਾ ਜੋ ਅਦਵੈਤ ਰੂਪ ਹੈ, ਜੋ ਆਪਣੇ ਵਰਗਾ ਆਪ ਹੀ ਹੈ ਔਰ ਸਰਵ ਸ਼ਕਤੀਵਾਨ ਹੈ, ਪੈਦਾ ਵੀ ਕਰਦਾ, ਪਾਲਦਾ ਵੀ ਹੈ ਅਤੇ ਮਾਰਦਾ ਵੀ। ਓਅੰਕਾਰ ਦਾ ਮਤਲਬ ਉਹ ਸਰਵ ਵਿਆਪਕ ਹੈ, ਪਰ ਸੱਚੇ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ। ਹੁਣ ਕੁਝ ਸੰਪਰਦਾਵਾਂ ਨੇ, ਵਿਦਵਾਨਾਂ ਨੇ ਹਰ ਸ਼ਬਦ ਦੀ ਉਥਾਨ ਕਰ ਲਈ, ਭਾਵੇਂ ਉਹਨਾਂ ਦੀ ਭਾਵਨਾ ਵਿੱਚ ਕੋਈ ਸ਼ੰਕਾ ਨਹੀਂ, ਕਿਉਂਕਿ ਗੁਰਬਾਣੀ ਗੁਰੂ ਸਾਹਿਬ ਨੇ ਜਗਿਆਸੂਆਂ ਦੇ ਪ੍ਰਥਾਏ ਉਚਾਰਨ ਕੀਤੀ ਹੈ ਅਤੇ ਅਸੀਂ ਸਾਰੇ ਜਗਿਆਸੂ ਹਾਂ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਤੋ ਵਿਦਵਾਨ ਲੋਕ ਲਿਖਦੇ ਨੇ, ਜਦੋਂ ਸ਼੍ਰੀ ਗੁਰੂ ਅਮਰਦਾਸ ਜੀ ਦੇ ਹੁਕਮ ਨਾਲ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਸ਼੍ਰੀ ਅੰਮ੍ਰਿਤਸਰ ਨਗਰ ਨੂੰ ਵਸਾਇਆ, ਕੁਝ ਸਮੇਂ ਉੱਥੇ ਦੇ ਪ੍ਰਬੰਧਕੀ ਕੰਮਾਂ ਨੂੰ ਕਰਨ ਤੋਂ ਬਾਅਦ, ਜਦੋਂ ਗੋਇੰਦਵਾਲ ਸਾਹਿਬ ਫਿਰ ਆਪਣੇ ਪਿਆਰੇ ਗੁਰੂ ਦੀ ਨਗਰੀ ਵਿੱਚ ਗਏ, ਉੱਥੇ ਦੀਆਂ ਸੰਗਤਾਂ ਨੇ ਬੜਾ ਸਵਾਗਤ ਕੀਤਾ, ਬੜਾ ਆਦਰ ਕੀਤਾ ਅਤੇ ਬੇਨਤੀ ਕੀਤੀ, ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਸਾਨੂੰ ਹਮੇਸ਼ਾ ਪਰਮਾਤਮਾ ਦੇ ਨਾਮ ਸਿਮਰਨ ਦੀ ਪ੍ਰੇਰਨਾ ਕਰਦੇ, ਸਿੱਖਿਆ ਦਿੰਦੇ, ਹੁਣ ਆਪ ਉਹਨਾਂ ਦੀ ਜਗ੍ਹਾ 'ਤੇ ਆਪ ਵੀ ਕਿਰਪਾ ਕਰੋ। ਤਾਂ ਧੰਨ ਗੁਰੂ ਰਾਮਦਾਸ ਜੀ ਨੇ ਇਹ ਪਾਵਨ ਛੰਦ ਉਚਾਰਨ ਕੀਤਾ, ਜਿਸ 'ਤੇ 5 ਪਦੇ ਹਨ। ਪਾਠ ਤੁਸੀਂ ਸੁਣ ਲਿਆ, ਆਓ ਵਿਚਾਰ ਕਰੀ। ਗੁਰੂ ਰਾਮਦਾਸ ਜੀ ਨੇ ਫਰਮਾਇਆ, ਹਰ ਜੀਉ ਕਿਰਪਾ ਕਰੇ ਜੇ ਵਾਹਿਗੁਰੂ ਜੀ ਕਿਰਪਾ ਕਰ ਦੇਣ, ਤਾਂ ਨਾਮ ਧਿਆਈਐ ਜੀਉ, ਤਦੋਂ ਹੀ ਜੀਵ ਨਾਮ ਧਿਆਉਂਦਾ ਹੈ। ਇੱਥੇ ਜੀਉ ਦੇ ਅਰਥ ਆਦਰਵਾਚੀ ਵੀ ਹਨ, ਹੇ ਪਿਆਰੇ ਜੀਉ, ਤਥਾ ਇਸ ਜੀਉ ਹਿਰਦੇ ਵਿੱਚ, ਉਹਦੀ ਕਿਰਪਾ ਦੇ ਨਾਲ ਜਿਹਦੇ ਉੱਤੇ ਕਿਰਪਾ ਹੋ ਜਾਏ ਔਰ ਨਾਮ ਧਿਆਉਣ ਲੱਗ ਪੈਂਦਾ।
ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ। ਜਦੋਂ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸਤਿਗੁਰ ਮਿਲੈ ਸੁਭਾਏ ਪ੍ਰੇਮ ਨਾਲ ਗੁਰੂ ਦਾ ਮਿਲਾਪ ਹੋ ਜਾਏ, ਭਾਵ ਗੁਰੂ ਦੀ ਸੰਗਤ ਵਿੱਚ ਜੁੜ ਜਾਈ, ਅਤੇ ਫਿਰ ਪ੍ਰੇਮ ਪੈਦਾ ਹੁੰਦਾ। ਫਿਰ ਜਦੋਂ ਪ੍ਰੇਮ ਪੈਦਾ ਹੋ ਜਾਂਦਾ, ਸਹਿਜ ਗੁਣ ਗਾਈਐ ਜੀਉ, ਫਿਰ ਆਤਮਕ ਅਡੋਲਤਾ ਵਿੱਚ ਟਿਕ ਕੇ ਉਸ ਪਰਮਾਤਮਾ ਦੇ ਗੁਣ ਗਾਈਦੇ ਹਨ ਜੀ। ਗੁਣ ਗਾਏ ਵਿਗਸੈ ਸਦਾ ਅਨ ਦਿਨ। ਜਿਉਂ ਜਿਉਂ ਕੋਈ ਪਰਮਾਤਮਾ ਦੇ ਗੁਣ ਗਾਉਂਦਾ ਹੈ, ਜਿਹੜਾ ਵੀ ਪ੍ਰੇਮੀ ਪ੍ਰੇਮੀ ਪ੍ਰਾਣੀ ਗਾਉਂਦਾ ਹੈ, ਗੁਣ ਗਾਇਣ ਦਾ ਲਾਭ ਕੀ ਹੁੰਦਾ? ਵਿਗਸੈ, ਉਹ ਖਿੜਦਾ ਹੈ, ਉਹਦੇ ਅੰਦਰ ਆਤਮਕ ਖੇੜਾ ਹੁੰਦਾ। ਗੁਣ ਗਾਏ ਵਿਗਸੈ ਸਦਾ ਅਨ ਦਿਨ। ਅਨ ਦਿਨ ਦਾ ਮਤਲਬ ਹੈ ਸਦੀਵੀ ਖੁਸ਼ੀ ਮਿਲਦੀ, ਹਰ ਵੇਲੇ ਉਹ ਪ੍ਰਸੰਨ ਚਿੱਤ ਰਹਿੰਦਾ। ਜਾਂ ਆਪ ਸੱਚੇ ਭਾਵੇ, ਜਦੋਂ ਉਸ ਸੱਚੇ ਪਰਮਾਤਮਾ ਨੂੰ ਆਪ ਚੰਗਾ ਲੱਗਦਾ, ਕਿਉਂਕਿ ਨੌਕਰ ਕੰਮ ਕਰਦਾ ਮਾਲਕ ਦੀ ਖੁਸ਼ੀ ਵਾਸਤੇ। ਜਿਸ ਦਿਨ ਮਾਲਕ ਦੀ ਖੁਸ਼ੀ ਮਿਲ ਜਾਏ, ਫਿਰ ਉਹਦੀ ਕੀਤੀ ਹੋਈ ਸਾਰੀ ਮਿਹਨਤ ਸਫਲ ਹੋ ਜਾ, ਅਤੇ ਉਹਦੇ ਨਤੀਜੇ ਵਜੋਂ ਉਸ ਨੂੰ ਫਿਰ ਰਸ ਆਉਂਦਾ। ਅਹੰਕਾਰ ਹਉਮੈ ਤਜੈ ਮਾਇਆ, ਫਿਰ ਉਹ ਆਪਣੇ ਅੰਦਰੋਂ ਹੰਕਾਰ ਕਰਨਾ ਛੱਡ ਦਿੰਦਾ, ਹਉਮੈ ਨੂੰ ਤਿਆਗ ਦਿੰਦਾ, ਔਰ ਮਾਇਆ ਦੀ ਪਕੜ ਵੀ ਖਤਮ ਹੋ ਜਾਂਦੀ। ਸਹਿਜ ਨਾਮ ਸਮਾਵੇ, ਸਹਿਜੇ ਹੀ ਨਾਮ ਜਪਦਾ ਜਪਦਾ ਨਾਮ ਸਮਾਵੇ, ਨਾਮ ਵਿੱਚ ਸਮਾ ਜਾਂਦਾ, ਤਥਾ ਨਾਮ ਉਹਦੇ ਹਿਰਦੇ ਵਿੱਚ ਟਿਕ ਜਾਂਦਾ। ਆਪ ਕਰਤਾ ਕਰੇ ਸੋਈ, ਆਪ ਦੇ ਤਾਂ ਪਾਈ ਹੈ, ਉਹ ਵਾਹਿਗੁਰੂ ਆਪ ਹੀ ਸਭ ਕੁਝ ਕਰਨ ਵਾਲਾ, ਉਹ ਵਾਹਿਗੁਰੂ ਆਪ ਹੀ ਕਰਤਾ ਔਰ ਕਰੇ ਸੋਈ, ਕਰਦਾ ਵੀ ਉਹ ਹੀ ਹੈ। ਆਪ ਦੇ ਤਾਂ ਪਾਈ ਹੈ, ਜੇ ਉਹ ਆਪ ਕਿਰਪਾ ਕਰਕੇ ਆਪਣਾ ਪ੍ਰੇਮ ਬਖਸ਼ ਦੇਵੇ, ਫਿਰ ਪ੍ਰਾਪਤ ਹੁੰਦਾ। ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਦੇਖੋ, ਜਿਹੜੀ ਵੀ ਸੰਗਤ ਨੇ ਗੁਰੂ ਕਾ ਉਪਦੇਸ਼ ਸੁਣਿਆ, ਤਥਾ ਅਸੀਂ ਸੁਣ ਰਹੇ ਹਾਂ, ਸਾਨੂੰ ਵੀ ਇਸ ਤੋਂ ਪ੍ਰੇਰਨਾ ਮਿਲਦੀ। ਭਾਈ, ਹਮੇਸ਼ਾ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੋ, ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਜੇ ਵਾਹਿਗੁਰੂ ਜੀ ਆਪ ਕਿਰਪਾ ਕਰਨ, ਫਿਰ ਸਾਡੇ ਵਰਗੇ ਭੁੱਲੇ ਹੋਏ ਜੀਵ ਉਹਦਾ ਨਾਮ ਧਿਆਉਣ ਲੱਗ ਪੈਂਦੇ ਹਨ। ਅੰਦਰ ਸਾਚਾਨੇ ਪੂਰੇ ਸਤਿਗੁਰੈ ਜੀਉ, ਅੰਦਰ ਦੇ ਰਾਰੇ ਨੂੰ ਸਿਆਰੀ ਹੈ, ਹਿਰਦੇ ਵਿੱਚ ਸਾਚਾਨੇ ਸੱਚਾ ਪਿਆਰ ਪਹਿਲਾਂ ਗੁਰੂ ਦੇ ਆਪਣੇ ਅੰਦਰ ਹੁੰਦਾ, ਅਤੇ ਜਿਹੜਾ ਗੁਰੂ ਦੀ ਸੰਗਤ ਕਰੇ, ਜਿਹੜਾ ਗੁਰੂ ਦੇ ਦੱਸੇ ਰਾਹ 'ਤੇ ਚੱਲੇ, ਉਹਦੇ ਅੰਦਰ ਵੀ ਗੁਰੂ ਸੱਚੇ ਦਾ ਨੇਹ ਪੈਦਾ ਕਰ। ਅੰਦਰ ਸਾਚਾ ਨੇਹ ਪੂਰੇ ਸਤਿਗੁਰੈ ਜੀਉ, ਹਉ ਤਿਸ ਸੇਵੀ ਦਿਨ ਰਾਤ,
ਹੁਣ ਇਹਨੂੰ ਸੇਵੀ ਵੀ ਕਿਹਾ ਜਾ ਸਕਦਾ, ਪਰ ਹੋਂ ਦੇ ਊੜੇ ਨੂੰ ਬਿੰਦੀ ਲਾ ਕੇ ਹੋਂ ਪੜਨ, ਹੋ ਨਹੀਂ ਪੜਨ, ਹੋਂ ਅਤੇ ਸੇਵੀ ਦਿਨ ਰਾਤ। ਫਿਰ ਮੈਂ ਉਸ ਗੁਰੂ ਨੂੰ ਤਥਾ ਪਰਮੇਸ਼ਵਰ ਤਿਸ ਸੇਵੀ ਦਿਨੇ ਰਾਤ ਹਰ ਵੇਲੇ ਉਸਦੀ ਸੇਵਾ ਵਿੱਚ ਆ ਜਾਂਦਾ। ਅੰਦਰ ਸਚਾਨੇ ਪੂਰੇ ਸਤਿਗੁਰੈ ਜੀਓ, ਹਾਂ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ। ਮੇਰੀ ਇਹ ਅਰਦਾਸ ਹੈ ਉਹ ਮੈਨੂੰ ਕਦੇ ਨਾ ਭੁੱਲੇ, ਮੈਂ ਦਿਨੇ ਰਾਤੀ ਉਸ ਦਾ ਸਿਮਰਨ ਕਰਾਂ, ਸੇਵਾ ਵਿੱਚ ਰਵਾਂ, ਕਦੇ ਨਾ ਵਿਸਾਰੀ ਅੰਨ ਦਿਨ ਸਮਾਰੀ। ਹੁਣ ਦੇਖੋ ਇੱਥੇ ਵਿਸਾਰੀ ਵੀ ਪੜਿਆ ਜਾ ਸਕਦਾ, ਸਮਾਰੀ ਵੀ ਪੜਿਆ ਜਾ ਸਕਦਾ, ਪਰ ਹੋਂ ਦੀ ਗੱਲ ਚੱਲ ਰਹੀ। ਮੈਂ ਕਦੇ ਨਾ ਵਿਸਾਰੀ, ਮੈਂ ਉਹਨੂੰ ਕਦੇ ਨਾ ਭੁਲਾਵਾਂ, ਅੰਨ ਦਿਨ ਸਮਾਰੀ ਦਿਨੇ ਰਾਤੀ ਉਸਦਾ ਸਿਮਰਨ ਕਰਾਂ। ਜਾਂ ਨਾਮ ਨਹੀਂ ਤਾਂ ਜੀਵਾਂ, ਇੰਨਾ ਪ੍ਰੇਮ ਪਰਪੱਕ ਹੋ ਜਾਏ ਜਦੋਂ ਮੈਂ ਉਸਦਾ ਨਾਮ ਲੈਂਦਾ ਹਾਂ ਤਾਂ ਜੀਵਾਂ, ਜੀਵਾ ਵੀ ਕਹਿ ਸਕਦਾ, ਪਰ ਜੀਵਾਂ ਫਸਟ ਪਰਸਨ ਹੈ। ਸ਼੍ਰਮਣੀ ਸੁਣੀ ਤਾਂ ਇਹ ਮਨ ਤ੍ਰਿਪਤ ਹੈ, ਅਤੇ ਜਦੋਂ ਮੈਂ ਉਸ ਪਰਮਾਤਮਾ ਦੀ ਸਿਫਤ ਸਲਾਹ ਕੰਨਾਂ ਦੇ ਨਾਲ ਸੁਣਦਾ ਹਾਂ ਇਹ ਮਨ ਤ੍ਰਿਪਤ ਹੈ, ਇਹ ਮਨ ਸੰਤੁਸ਼ਟ ਹੋ ਜਾਂਦਾ, ਇਹਦੀ ਦੌੜ ਭੱਜ ਖਤਮ ਹੋ ਜਾਂਦੀ। ਗੁਰਮੁਖ ਅੰਮ੍ਰਿਤ ਪੀਵਾਂ, ਗੁਰੂ ਦੀ ਸ਼ਰਨ ਵਿੱਚ ਰਹਿ ਕੇ ਗੁਰੂ ਦੇ ਦੱਸੇ ਰਾਹ 'ਤੇ ਚੱਲ ਕੇ ਮੈਂ ਪਰਮਾਤਮਾ ਦਾ ਨਾਮ ਅੰਮ੍ਰਿਤ ਪੀਂਦਾ। ਨਜ਼ਰ ਕਰੇ ਤਾਂ ਸਤਿਗੁਰ ਮੇਲੇ, ਪਰ ਇਹ ਅਵਸਥਾ ਕਦੋਂ ਬਣਦੀ? ਜਦੋਂ ਪਰਮਾਤਮਾ ਆਪਣੀ ਮਿਹਰ ਦੀ ਨਜ਼ਰ ਕਰੇ, ਫਿਰ ਗੁਰੂ ਨਾਲ ਮਿਲਾਪ ਹੁੰਦਾ, ਅਤੇ ਜਿਹਦਾ ਗੁਰੂ ਨਾਲ ਮਿਲਾਪ ਹੋ ਜਾਂਦਾ ਉਹਦੇ ਵਿੱਚ ਤਾਂ ਆਮ ਲੋਕਾਂ ਵਿੱਚ ਕੀ ਫਰਕ ਹੈ। ਅੰਨ ਦਿਨ ਵਿਵੇਕ ਬੁੱਧ ਵਿੱਚ ਰਹਿ। ਹੁਣ ਇੱਥੇ ਬੁੱਧ ਦੇ ਧੱਦੇ ਨੂੰ ਸਿਆਰੀ, ਅੰਨ ਦਿਨ ਦਾ ਮਤਲਬ ਹੈ ਹਰ ਵੇਲੇ ਉਹ ਆਪਣੀ ਬੁੱਧੀ ਵਿੱਚ ਵਿਵੇਕ ਨੂੰ ਵਿਚਾਰਦਾ। ਵਿਵੇਕ ਕੀ ਹੈ? ਹਰ ਕੰਮ ਕਰਨ ਤੋਂ ਪਹਿਲਾਂ ਇਹ ਨਿਰਣਾ ਕਰਨਾ, ਇਹ ਵਿਚਾਰ ਕਰਨੀ ਕਿ ਇਹ ਠੀਕ ਹੈ ਕਿ ਗਲਤ ਹੈ, ਇਹ ਗੁਰੂ ਦੀ ਆਗਿਆ ਮੁਤਾਬਕ ਹੈ ਕਿ ਗੁਰੂ ਦੀ ਆਗਿਆ ਦਾ ਉਲੰਘਣ ਹੈ। ਬਸ ਜਦੋਂ ਗੁਰਸਿੱਖ ਇਸ ਬੁੱਧੀ ਦੇ ਨਾਲ ਵਿਵੇਕ ਦੀ ਵਿਚਾਰ ਕਰਕੇ ਤੁਰਦਾ ਉਹਦੇ ਕੋਲੋਂ ਗਲਤ ਕੰਮ ਨਹੀਂ ਹੁੰਦਾ। ਅੰਦਰ ਸਚਾਨੇ ਪੂਰੇ ਸਤਿਗੁਰ ਹੈ, ਇਸ ਤਰ੍ਹਾਂ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਅੰਦਰ ਸੱਚਾ ਪਿਆਰ ਜਾਗ ਪੈਂਦਾ। ਫਿਰ ਤੀਜੇ ਪਦ ਵਿੱਚ ਪਾਤਸ਼ਾਹ ਕਹਿੰਦੇ ਨੇ, ਸਤ ਸੰਗਤ ਮਿਲੇ ਵਡਭਾਗ। ਸੱਚੀ ਸੰਗਤ, ਗੁਰੂ ਦੀ ਸੰਗਤ ਮਿਲੇ, ਮਿਲਦੀ ਹੈ ਵਡਭਾਗ, ਵੱਡੇ ਭਾਗਾਂ ਕਰਕੇ। ਤਾਂ ਹਰ ਰਸ ਆਵੇ ਜੀਓ, ਤਾਂ ਦਾ ਮਤਲਬ ਤਦੋਂ ਜਗਿਆਸੂ ਜੀਵ ਇਸਤਰੀ ਨੂੰ ਹਰੀ ਦੇ ਨਾਮ ਦਾ ਰਸ ਆਉਣਾ ਸ਼ੁਰੂ ਹੋ ਜਾਂਦਾ। ਅੰਨ ਦਿਨ ਰਹਿ ਲਿਵ ਲਾਏ, ਤਾਂ ਸਹਿਜ ਸਮਾਵੇ ਜੀਓ। ਅੰਨ ਦਿਨ ਅੱਖਰ ਬਾਰ ਬਾਰ ਆਉਂਦੇ, ਹਰ ਰੋਜ਼ ਹਰ ਵੇਲੇ। ਰਹਿ ਲਿਵ ਲਾਏ, ਲਿਵ ਕਹਿੰਦੇ ਨੇ ਸੁਰਤੀ ਨੂੰ, ਬਿਰਤੀ ਨੂੰ ਧਿਆਨ ਲਾਈ ਰੱਖਣ।
ਹਰ ਵੇਲੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਣ, ਫਿਰ ਇਹ ਪਰਪੱਕ ਹੋ ਜਾਂਦਾ। ਅਤੇ ਜਦੋਂ ਇਹ ਪਰਪੱਕਤਾ ਦੀ ਅਵਸਥਾ ਆਉਂਦੀ ਹੈ ਤਾਂ ਸਹਿਜ ਸਮਾਵੇ ਜੀਉ, ਫਿਰ ਸਹਿਜੇ ਉਸ ਪਰਮਾਤਮਾ ਨਾਲ ਲਿਵਲੀਨਤਾ ਇਕਮਿਕਤਾ ਹੋ ਜਾਂਦੀ। ਸਹਿਜ ਸਮਾਵੇ ਤਾਂ ਹਰ ਮਨ ਭਾਵੇ, ਜਦੋਂ ਇਸ ਤਰ੍ਹਾਂ ਸਹਿਜ ਸਹਿਜੇ ਸਮਾਵੇ ਇਕਮਿਕ ਹੋ ਜਾਂਦਾ ਤਾਂ ਹਰ ਮਨ ਭਾਵੇ, ਤਦੋਂ ਹਰੀ ਮਨ ਵਿੱਚ ਭਾਵੇ ਚੰਗਾ ਲੱਗ। ਸਦਾ ਅਤੀਤ ਬੈਰਾਗੀ ਉਸ ਗੁਰਮੁਖ ਜੀਵ ਇਸਤਰੀ ਨੂੰ ਫਿਰ ਕੋਈ ਯਤਨ ਨਹੀਂ ਕਰਨਾ ਪੈਂਦਾ, ਸਦਾ ਹਮੇਸ਼ਾ ਉਹ ਅਤੀਤ ਇਹਨਾਂ ਵਿਸ਼ੇ ਵਿਕਾਰਾਂ ਤੋਂ ਤਥਾ ਇਸ ਮਾਇਆ ਦੇ ਮੋਹ ਤੋਂ ਵਿਰਕਤ ਰਹਿੰਦਾ, ਬੈਰਾਗੀ ਰਹਿੰਦਾ, ਪਾਵੇ ਦੇ ਵਿੱਚ ਖੁੱਭਦਾ ਨਹੀਂ। ਹਲਤ ਪਲਤ ਸੋਭਾ ਜਗ ਅੰਤਰ, ਹਲਤ ਕਹਿੰਦੇ ਨੇ ਇਸ ਲੋਕ ਨੂੰ, ਪਲਤ ਕਹਿੰਦੇ ਨੇ ਪਰਲੋਕ ਨੂੰ, ਉਹਦੀ ਸੋਭਾ ਸਾਰੇ ਸੰਸਾਰ ਵਿੱਚ ਹੁੰਦੀ। ਰਾਮ ਨਾਮ ਲਿਵ ਲਾਗੀ, ਜਦੋਂ ਰਾਮ ਦੇ ਨਾਮ ਵਿੱਚ ਉਹਦੀ ਲਿਵ ਲੱਗ ਜਾਂਦੀ। ਹਰਖ ਸੋਗ ਦੋਹਾਂ ਅਤੇ ਮੁਕਤਾ, ਜ਼ਿੰਦਗੀ ਵਿੱਚ ਦੋਵੇਂ ਚੀਜ਼ਾਂ ਆਉਂਦੀਆਂ, ਖੁਸ਼ੀ ਵੀ ਆਉਂਦੀ ਹੈ, ਗਮੀ ਵੀ ਆਉਂਦੀ। ਬਹੁਤੇ ਲੋਕ ਖੁਸ਼ੀ ਵਿੱਚ ਇੰਨੇ ਖਿਲਰ ਜਾਂਦੇ ਨੇ, ਇੰਨੇ ਫੈਲ ਜਾਂਦੇ ਨੇ ਕਿ ਉਹ ਖੁਸ਼ੀ ਵਿੱਚ ਹੀ ਮਸਤ ਹੋ ਜਾਂਦੇ, ਪਰ ਜੇ ਉਹਨਾਂ ਨੂੰ ਕਦੇ ਸੋਗ ਦੁੱਖ ਚਿੰਤਾ ਹੈ ਫਿਰ ਉਹ ਡਾਵਾਂਡੋਲ ਹੋ ਜਾਂਦਾ। ਪਰ ਜਿਹੜਾ ਨਾਮ ਦੀ ਟੇਕ ਲੈ ਲੈਂਦਾ, ਹਰਖ ਸੋਗ ਦੋਹਾਂ ਅਤੇ ਮੁਕਤਾ, ਭਗਤ ਜਨਾਂ ਕੀ ਵਰਤਨ ਨਾਮ, ਸੰਤ ਜਨਾਂ ਕੈ ਮਨ ਵਿਸਰਾਮ, ਮਨ ਤਨ ਨਾਮਰਤੇ ਇੱਕ ਰੰਗ, ਸਦਾ ਬਸੈ ਪਾਰ ਬ੍ਰਹਮ ਕੇ ਸੰਗ। ਹਰਖ ਸੋਗ ਦੋਹਾਂ ਅਤੇ ਮੁਕਤਾ, ਜੋ ਪ੍ਰਭ ਕਰੇ ਤੋ ਭਾਵੇ, ਬਸ ਉਹਨਾਂ ਦੀ ਇਹ ਅਵਸਥਾ ਬਣ ਜਾਂਦੀ। ਜੋ ਵਾਹਿਗੁਰੂ ਜੀ ਕਰਦੇ ਨੇ ਉਹ ਉਹਨਾਂ ਨੂੰ ਭਾਵੇ ਚੰਗਾ ਲੱਗਦਾ, ਕਦੇ ਨੁਕਤਾਚੀਨੀ ਨਹੀਂ ਕਰਦੇ। ਸਤ ਸੰਗਤ ਮਿਲੇ ਵਡਭਾਗ, ਤਾਂ ਹਰ ਰਸ ਆਵੇ ਜੀਉ। ਆਖਿਆ ਜੇ ਵੱਡੇ ਭਾਗ ਹੋਣ, ਸਤ ਸੰਗਤ ਮਿਲ ਜਾਏ ਤਾਂ ਤਦੋਂ ਹਰ ਰਸ ਆਵੇ ਜੀਉ, ਫਿਰ ਹਰੀ ਦੇ ਨਾਮ ਰਸ ਨੂੰ ਪ੍ਰਾਪਤ ਕਰਨ ਦੀ ਅਵਸਥਾ ਆ ਜਾਂਦੀ ਹੈ। ਹੁਣ ਪਾਤਸ਼ਾਹ ਤਸਵੀਰ ਦਾ ਦੂਜਾ ਪਾਸਾ ਵੀ ਦੱਸਦੇ ਨੇ। ਦੂਜੇ ਭਾਏ ਦੁੱਖ ਹੋਏ, ਮਨਮੁੱਖ ਜਮ ਜੋਇਆ ਜੀਉ। ਹੁਣ ਮਨਮੁੱਖ ਕੌਣ ਹੈ? ਜਿਹੜਾ ਮਨ ਦੇ ਪਿੱਛੇ ਤੁਰਨਾ, ਮਨ ਦੇ ਪਿੱਛੇ ਤੁਰਨ ਵਾਲਾ ਪਰਮਾਤਮਾ ਨਾਲ ਪਿਆਰ ਨਹੀਂ ਕਰਦਾ, ਉਹ ਤਾਂ ਮਾਇਆ ਨਾਲ ਪਿਆਰ ਕਰਦਾ। ਦੂਜੇ ਭਾਏ ਦੁੱਖ ਹੋਏ, ਉਹ ਹਰ ਵੇਲੇ ਦੁਖੀ ਰਹਿੰਦਾ। ਮਨਮੁੱਖ ਜਮ ਜੋਇਆ ਜੀਉ, ਅਤੇ ਜਿਹੜਾ ਜਮ ਹੈ ਉਹ ਵੀ ਹਰ ਵੇਲੇ ਉਸ ਨੂੰ ਤੱਕ ਵਿੱਚ ਰੱਖਦਾ ਵੀ ਕਦੋਂ ਮੇਰੇ ਕਾਬੂ ਆਵੇਗਾ, ਕਦੋਂ ਮੈਂ ਇਸ ਨੂੰ ਸਜ਼ਾ ਦੇਵਾਂਗਾ। ਦੂਜੇ ਭਾਏ ਦੁੱਖ ਹੋਏ, ਮਨਮੁੱਖ ਜਮ ਜੋਇਆ ਜੀਉ, ਹਾਏ ਹਾਏ ਕਰੇ ਦਿਨ ਰਾਤ, ਦਿਨੇ ਰਾਤੀ ਹਾਏ ਹਾਏ ਕਰ। ਮਾਇਆ ਦੁੱਖ ਮੋਇਆ ਜੀਉ, ਉਹ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਸਦਾ ਦੁਖੀ ਰਹਿੰਦਾ। ਮਾਇਆ ਦੁੱਖ ਮੋਇਆ ਹਉ ਮੈਂ ਰੋਇਆ, ਮੇਰੀ ਮੇਰੀ ਕਰਤ ਵਿਆਹਵੇ।
ਅਤੇ ਜਿਹੜਾ ਇਸ ਤਰ੍ਹਾਂ ਮਾਇਆ ਦੇ ਮੋਹ ਵਿੱਚ ਦੁਖੀ ਰਹਿੰਦਾ ਉਹਨੂੰ ਫਿਰ ਹਉਮੈ ਹੰਕਾਰ ਵੀ ਹੁੰਦਾ। ਰੋਇਆ ਦਾ ਮਤਲਬ ਉਹ ਕ੍ਰੋਧ ਵਿੱਚ ਵੀ ਆ ਜਾਂਦਾ ਅਤੇ ਮੇਰੀ ਮੇਰੀ ਕਰਤਵ ਹੈ ਸਾਰੀ ਜ਼ਿੰਦਗੀ ਇਹ ਮੇਰੀ ਇਹ ਮੇਰੀ। ਬਾਣੀ ਵਿੱਚ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੈ ਆਏ। ਗਲਤੀ ਕੀ ਹੁੰਦੀ ਹੈ? ਮਾਇਆ ਦੇ ਮੋਹ ਵਿੱਚ ਫਸਿਆ ਬੰਦਾ ਜੋ ਪ੍ਰਭ ਦੇ ਤਿਸ ਚੇਤੈ ਨਾਹੀ ਅੰਤ ਗਿਆ ਪਛਤਾਵੇ। ਜੋ ਵਾਹਿਗੁਰੂ ਦਿੰਦਾ ਸਭ ਕੁਝ ਉਹਨੂੰ ਤਾਂ ਯਾਦ ਨਹੀਂ ਕਰਨਾ। ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੈ ਨਾਹੀ ਮਰਨ ਵਿਚਾਰਾ, ਪਰ ਜਦੋਂ ਅੰਤ ਸਮੇਂ ਜਾਂਦਾ ਫਿਰ ਪਛਤਾਉਂਦਾ। ਕਿਉਂ? ਬਿਨ ਨਾਵੇਂ ਕੋ ਸਾਥ ਨਾ ਚੱਲੇ, ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਚੀਜ਼ ਨਾਲ ਨਹੀਂ ਚੱਲਦੀ। ਪੁੱਤਰ ਕਲਤਰ ਮਾਇਆ ਧੋਇਆ, ਜਿਹਨਾਂ ਪੁੱਤਰਾਂ ਜਿਸ ਇਸਤਰੀ ਜਿਸ ਮਾਇਆ ਦੇ ਪਿਆਰ ਵਿੱਚ ਲੱਗਾ ਉਹ ਸਭ ਧੋਇਆ ਧੋਖਾ ਦੇ ਜਾਂਦੇ ਨੇ। ਮਾਈ ਮਾਇਆ ਛਲ ਤਿਣਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ, ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਇਆ ਜੀਉ। ਲਓ ਫੈਸਲਾ ਹੋ ਗਿਆ, ਪਰਮਾਤਮਾ ਦੇ ਪਿਆਰ ਨੂੰ ਛੱਡ ਕੇ ਜਿਹੜੇ ਮਾਇਆ ਦੇ ਮੋਹ ਵਿੱਚ ਲੱਗ ਜਾਂਦੇ ਉਹ ਫਿਰ ਜਮਾਂ ਦੀ ਤੱਕ ਵਿੱਚ ਰਹਿੰਦੇ। ਅਖੀਰ ਵਿੱਚ ਪਾਤਸ਼ਾਹ ਕਹਿੰਦੇ ਕਰ ਕਿਰਪਾ ਲੇ ਮਿਲਾਏ, ਜਿਹਨਾਂ 'ਤੇ ਵਾਹਿਗੁਰੂ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਂਦਾ। ਮਹਿਲ ਹਰ ਪਾਇਆ ਜੀਉ, ਉਹ ਫਿਰ ਪਰਮਾਤਮਾ ਦੇ ਮਹਿਲ ਟਿਕਾਣੇ ਨੂੰ ਸਰੂਪ ਨੂੰ ਪਾ ਲੈਂਦੇ। ਸਦਾ ਰਹਿ ਕਰ ਜੋੜ ਪ੍ਰਭ ਮਨ ਬਹਾਇਆ ਜੀਉ, ਉਹਨਾਂ ਦੇ ਅੰਦਰ ਇੰਨੀ ਨਿਮਰਤਾ ਆ ਜਾਂਦੀ। ਸਦਾ ਰਹਿ ਕਰ ਜੋੜ, ਸਭ ਕੁਝ ਹੁੰਦਿਆਂ ਵੀ ਉਹ ਕਹਿੰਦੇ ਨੇ ਸਭ ਪਰਮਾਤਮਾ ਦਾ, ਸਾਡਾ ਕੁਝ ਵੀ ਨਹੀਂ, ਅਸੀਂ ਕੋਈ ਚੀਜ਼ ਨਾਲ ਲੈ ਕੇ ਨਹੀਂ ਆਏ। ਸਦਾ ਰਹਿ ਕਰ ਜੋੜ ਪ੍ਰਭ ਮਨ ਭਾਇਆ ਜੀਉ, ਉਹ ਪ੍ਰਭੂ ਦੇ ਮਨ ਨੂੰ ਚੰਗੇ ਲੱਗਦੇ ਨੇ। ਜਿਵੇਂ ਆਗਿਆਕਾਰੀ ਬੱਚੇ ਮਾਤਾ ਪਿਤਾ ਨੂੰ ਚੰਗੇ ਲੱਗਦੇ ਨੇ, ਆਗਿਆਕਾਰੀ ਨੌਕਰ ਮਾਲਕ ਨੂੰ ਚੰਗਾ ਲੱਗਦਾ, ਇਸੇ ਤਰ੍ਹਾਂ ਉਹ ਪ੍ਰਭੂ ਦੇ ਮਨ ਨੂੰ ਪਾ ਜਾਂਦੇ ਨੇ ਤਥਾ ਪ੍ਰਭੂ ਉਹਨਾਂ ਦੇ ਮਨ ਨੂੰ ਚੰਗਾ ਲੱਗਦਾ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ। ਅਤੇ ਜਿਹੜੇ ਪ੍ਰਭੂ ਦੇ ਮਨ ਨੂੰ ਪਾ ਜਾਂਦੇ ਨੇ, ਅਸੀਂ ਆਮ ਮੁਹਾਵਰਾ ਸੁਣਦੇ ਹਾਂ ਉਹ ਰਾਣੀ ਜਿਹੜੀ ਖਸਮ ਦੇ ਮਨ ਪਾਣੀ, ਜਿਹੜੀ ਆਪਣੇ ਮਾਲਕ ਨੂੰ ਚੰਗੀ ਲੱਗੇ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ। ਉਹ ਸਦਾ ਆਪਣੇ ਮਾਲਕ ਦੇ ਹੁਕਮ ਨੂੰ ਮੰਨ ਕੇ, ਹੁਣ ਦੇਖੋ ਇੱਥੇ ਮਨ ਦੇ ਮੰਮੇ ਨੂੰ ਟਿੱਪੀ ਵੀ ਹੈ, ਇਹ ਗੱਲ ਮੰਨਣ ਦੀ ਹੈ। ਹੁਕਮ ਮੰਨ ਕੇ ਉਹ ਸੁੱਖ ਦੀ ਪ੍ਰਾਪਤੀ ਕਰਦੇ ਨੇ। ਅਤੇ ਅੰਨ ਦਿਨ ਜਪਤ ਰਹਿ ਦਿਨ ਰਾਤੀ, ਹਰ ਰੋਜ਼ ਹਰ ਵੇਲੇ ਉਹ ਦਿਨੇ ਰਾਤੀ ਉਸ ਪਰਮਾਤਮਾ ਦਾ ਨਾਮ ਜਪਦੇ ਨੇ। ਸਹਿਜੇ ਨਾਮ ਧਿਆਇਆ, ਉਹਨਾਂ ਨੂੰ ਕੋਈ ਵਿਸ਼ੇਸ਼ ਯਤਨ ਕਰਨ ਦੀ ਲੋੜ ਨਹੀਂ ਪੈਂਦੀ। ਅੰਨ ਦਿਨ ਜਪਤ ਰਹਿ ਦਿਨ ਰਾਤੀ, ਸਹਿਜੇ ਨਾਮ ਧਿਆਇਆ, ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ। ਲਓ
ਨਾਮ ਜਪਣ ਕਰਕੇ, ਨਾਮ ਦੁਆਰਾ ਉਹਨਾਂ ਨੂੰ ਫਿਰ ਵਡਿਆਈ ਮਿਲਦੀ ਹੈ। ਨਾਨਕ ਜੀ ਫਰਮਾਉਂਦੇ ਨੇ, ਨਾਮ ਉਹਨਾਂ ਦੇ ਮਨ ਵਿੱਚ ਚੰਗਾ ਲੱਗਦਾ। ਕਰ ਕਿਰਪਾ ਲੇ ਹੁਮੇ ਲਾਏ, ਮਹਿਲ ਹਰ ਪਾਵੇ ਜੀਉ। ਹੇ ਵਾਹਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਮਨਾ ਲਓ ਅਤੇ ਅਸੀਂ ਤੁਹਾਡੇ ਸਰੂਪ ਵਿੱਚ ਟਿਕ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।